ਅੱਜ ਤੁਹਾਨੂੰ ਕੰਨਿਆ ਕੁਮਾਰੀ ਘੁਮਾਉਣਾ ਹੈ। ਕੰਨਿਆ ਕੁਮਾਰੀ ਵਿੱਚ ਕੀ ਕੁਝ ਖਾਸ ਹੈ ਉਹ ਤੁਹਾਨੂੰ ਅੱਜ ਵਿਖਾਉਂਦੇ ਹਾਂ। ਬਹੁਤ ਸਾਰੇ ਲੋਕਾਂ ਦੀ ਦਿਲੀ ਇੱਛਾ ਹੁੰਦੀ ਹੈ ਕਿ ਭਾਰਤ ਦਾ ਆਖਰੀ ਕੋਣਾ ਕਿੱਥੇ ਹੈ। ਤਿੰਨ ਜਿਹੜੇ ਸਮੁੰਦਰ ਨੇ ਇੱਥੇ ਮਿਕਸਅਪ ਹੁੰਦੇ ਨੇ। ਕੇਰਲਾ ਕਾ ਕਲਚਰ ਹੈ, ਕੰਨਿਆਕੁਮਾਰੀ ਕਾ ਪੂਰਾ ਕੇਰਲਾ ਕਲਚਰ ਹੈ। ਇਹ ਧਰਤੀ ਦਾ ਐਂਡ ਹੋ ਗਿਆ, ਯਾਨੀ ਕਿ ਜਿਹੜੀ ਭਾਰਤ ਵਾਲੇ ਪਾਸੇ ਧਰਤੀ ਹੈ ਉਸ ਦਾ ਐਂਡ ਇਸ ਪਾਸੇ ਹੋ ਜਾਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਆਨੰਦਪ੍ਰੀਤ ਸਿੰਘ। ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਸੋ ਜਿਹੜੀ ਕੰਨਿਆਕੁਮਾਰੀ ਦਾ ਜ਼ਿਕਰ ਹੁੰਦਾ ਭਾਰਤ ਦਾ ਉਹ ਕੋਣਾ ਜਿਹੜਾ ਤਾਮਿਲਨਾਡੂ ਦੇ ਵਿੱਚ ਹੈ, ਅਤੇ ਤਾਮਿਲਨਾਡੂ ਦੇ ਹੇਠਲੇ ਵਾਲੇ ਪਾਸੇ ਜਿੱਥੇ ਧਰਤੀ ਜਿਹੜੀ ਉਹ ਸਮਾਪਤ ਹੁੰਦੀ ਹੈ ਉੱਥੋਂ ਅੱਜ ਤੁਹਾਨੂੰ ਕੰਨਿਆਕੁਮਾਰੀ ਜਿਹੜੀ ਉਹ ਵਿਖਾਉਣੀ ਹੈ। ਸੋ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਵਿਊ ਹੈ, ਅਤੇ ਇੱਥੋਂ ਤੁਹਾਨੂੰ ਜਿਹੜਾ ਉਹ ਬੋਰਡ ਦੇ ਵਿੱਚ ਬਿਠਾ ਕੇ ਉਸ ਜਗ੍ਹਾ ਦੇ ਉੱਤੇ ਲੈ ਕੇ ਜਾਇਆ ਜਾਂਦਾ। ਇਹ ਧਰਤੀ ਦਾ ਐਂਡ ਹੋ ਗਿਆ, ਯਾਨੀ ਕਿ ਜਿਹੜੀ ਭਾਰਤ ਵਾਲੇ ਪਾਸੇ ਧਰਤੀ ਹੈ ਉਸ ਦਾ ਐਂਡ ਇਸ ਪਾਸੇ ਹੋ ਜਾਂਦਾ, ਅਤੇ ਇੱਥੋਂ ਹੀ ਤੁਹਾਨੂੰ ਜਿਹੜਾ ਉਹ ਬੋਰਡ ਦੇ ਜ਼ਰੀਏ ਉਸ ਜਗ੍ਹਾ ਦੇ ਉੱਤੇ ਜਿੱਥੇ ਇੱਕ ਮੂਰਤੀ ਬਣੀ ਹੋਈ ਹੈ, ਇੱਕ ਮੰਦਰ ਬਣਿਆ ਹੋਇਆ, ਉਸ ਜਗ੍ਹਾ ਦੇ ਉੱਤੇ ਲੈ ਜਾਇਆ ਜਾਂਦਾ। ਅਕਸਰ ਤੁਸੀਂ ਕਹਾਣੀਆਂ ਦੇ ਵਿੱਚ, ਅਕਸਰ ਤੁਸੀਂ ਲਿਟਰੇਚਰ ਦੇ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਦੀ ਗੱਲਬਾਤ ਜਿਹੜੀ ਉਹ ਸੁਣੀ ਹੋਏਗੀ ਕਿ ਕੰਨਿਆਕੁਮਾਰੀ ਕਸ਼ਮੀਰ ਕੰਨਿਆਕੁਮਾਰੀ ਉਹ ਕਿਉਂ ਖਾਸ ਹੈ, ਕਿਵੇਂ ਉਹ ਖਾਸ ਹੈ, ਇਹ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਮੇਰਾ ਨਾਮ ਮਾਰਵਨ ਮਾਰਵਨ ਜੀ, ਬਤਾਈਏ ਯਹਾਂ ਕਿਆ ਖਾਸ ਹੈ ਦੇਖਣ ਕੇ ਲਈ। ਕੰਨਿਆਕੁਮਾਰੀ ਦੇਖਣੇ ਕਾ, ਕੰਨਿਆਕੁਮਾਰੀ ਦੇਵੀ ਮਾਤਾ ਕਾ ਮੰਦਿਰ ਹੈ। ਉਹ ਤ੍ਰਿਵੇਣੀ ਸੰਗਮ ਤੀਰੋ ਓਸ਼ਨ ਹੈ, ਸਮੁੰਦਰ ਇੰਡੀਅਨ ਓਸ਼ਨ, ਵੇ ਆਫ ਬੰਗਾਲ ਐਂਡ ਅਰੇਬੀਅਨ ਸੀ ਹੈ, ਉਹ ਥ੍ਰੀ ਓਸ਼ਨ ਸੰਗਮ ਹੈ, ਬੜੀਆ ਫੇਮਸ ਹੈ। ਉਹ ਸਨਸੈਟ ਐਂਡ ਸਨਰਾਈਜ਼ ਹੈ, ਇੰਡੀਆ ਕਾ ਵਰਲਡ ਕਾ ਇੱਕ ਪਲੇਸ ਹੈ। ਸਨਰਾਈਜ਼ ਇੰਡੀਅਨ ਓਸ਼ਨ, ਤ੍ਰਿਲੋ ਸਟੈਚੂ ਕਾ ਸਾਹਮਣੇ ਇੰਡੀਅਨ ਓਸ਼ਨ ਹੈ, ਉਹ ਇਹ ਵੇ ਆਫ ਬੰਗਾਲ ਹੈ, ਅਰੇਬੀਅਨ ਸੀ ਉਧਰ ਉਨਕੀ ਪਾਸ ਅਰੇਬੀਅਨ ਸੀ ਹੈ। ਉਹ ਥ੍ਰੀ ਓਸ਼ਨ, ਉਹ ਸੰਜੀਵਨੀ ਮਾਊਂਟਨ ਹੈ, ਰਾਮਾਯਣ ਮੈਂ ਹਨੁਮਾਨ ਮੈਂ ਆਤਮੇ ਰੱਖਤੀ ਜਾਏਗਾ ਨਾ, ਉਧਰ ਹੈ ਹਨੁਮਾਨ ਮੈਂ, ਬਹੁਤ ਬੜੀਆ ਪਲੇਸ ਹੈ। ਬਥਨਾਵਰਾ ਊਟਨ ਪੈਲਸ ਹੈ, ਉਹ ਬਹੁਤ ਤ੍ਰਿਵਾਂਗੂਰ ਮਹਾਰਾਜ ਕਾ ਬਹੁਤ ਬੜੀਆ ਪੁਰਾਣਾ ਪੈਲਸ ਹੈ, ਤ੍ਰਿਵਾਂਗੂਰ ਊਟਨ ਪੈਲਸ ਹੈ। ਐਂਡ ਬ੍ਰਿਜ ਹੈ, ਬਹੁਤ ਬੜੀਆ ਬ੍ਰਿਜ, ਮਾਥੂਰ ਟੋਟਿਲ ਪਾਲਮ, ਉਨਕੀ ਕਾਮਰਾਜ ਬਣ ਰਹਾ ਹੈ, ਪੁਰਾਣਾ ਚੀਫ ਮਿਨਿਸਟਰ ਹੈ। ਬਹੁਤ ਬੜੀਆ ਪਲੇਸ ਹੈ ਕੰਨਿਆਕੁਮਾਰੀ ਕਾ, ਪੂਰਾ ਹਿਸਟੋਰੀਕਲ ਟੂਰਿਸਟ ਪਲੇਸ ਹੈ। ਕਬ ਇਹ ਮੰਦਿਰ ਕਬ ਬਣਾ ਥਾ ਯਹਾਂ? ਇਹ ਮੰਦਿਰ ਕਾ ਵੋ ਬਹੁਤ ਬੜੀਆ ਪੁਰਾਣਾ ਏਅਰ ਮੈਂ, ਉਹ ਤ੍ਰਿਵਾਂਗੂਰ ਮਾਤੇ, ਉਹ ਕੇਰਲਾ ਕਾ ਕਲਚਰ ਹੈ, ਕੰਨਿਆਕੁਮਾਰੀ ਕਾ ਪੂਰਾ ਕੇਰਲਾ ਕਲਚਰ ਹੈ। ਉਹ ਤ੍ਰਿਵਾਂਗੂਰ ਮਹਾਰਾਜ ਬਣ ਰਹਾ ਹੈ, ਉਹ ਕੰਨਿਆਕੁਮਾਰੀ ਦੇਵੀ ਮਾਤਾ ਪਾਰਵਤੀ ਦੇਵੀ ਕਾ ਇੱਕ ਅਵਤਾਰ ਹੈ, ਉਹ ਅੰਮਾ ਕਾ ਭਗਵਤੀ ਅੰਮਾ ਨਾਮ ਕਾ ਨਵਰਾਤਰੀ ਬੜੀਆ ਫੈਸਟੀਵਲ ਮੈਂ, ਨੌ ਦਿਨ ਮੈਂ। ਕੌਨ ਸਾ ਸੀਜ਼ਨ ਹੋਤਾ ਜਬ ਯਹਾਂ ਬਹੁਤ? ਉਹ ਨਵੰਬਰ ਦਿਸੰਬਰ ਜਨਵਰੀ ਬਹੁਤ ਅੱਛੀ ਸੀਜ਼ਨ ਹੈ। ਅੱਛਾ ਅੱਛਾ ਸੀਜ਼ਨ ਹੈ। ਠੰਡ ਕਿਤਨੀ ਹੋਤੀ ਹੈ? ਹਾਂ ਸਰਦੀ ਕਿਤਨੀ ਹੋਤੀ ਹੈ? ਕਿਆ ਸਰਦੀ ਕਿਤਨੀ ਹੋਤੀ ਹੈ? ਬੜੀ ਬਹੁਤ ਬੜੀ ਆਦਮੀ ਹੈ। ਸਰਦੀ ਹੋਤੀ ਹੈ? ਹਾਂ ਸਰਦੀ ਮੈਂ ਕੋਟ ਵਗੈਰਾ ਪਹਿਨਤੇ ਹੈ? ਕੈਸਾ? ਸਰਦੀ ਮੈਂ ਕੋਟ ਵਗੈਰਾ ਪਹਿਨਤੇ ਹੈ? ਹਾਂ ਸਵੈਟਰ ਕੋਟ ਬਹੁਤ ਬੜੀਆ ਆਏਗਾ, ਮੈਂ ਸੀਜ਼ਨ ਬਹੁਤ ਬੜੀਆ ਸੀਜ਼ਨ, ਉਹ ਨਾਰਥ ਇੰਡੀਅਨ ਹੈ, ਸਾਊਥ ਇੰਡੀਅਨ ਹੈ, ਪੂਰਾ ਸਭ ਕੋ ਬਿਜ਼ਨਸਮੈਨ ਆਏਗਾ, ਵਿਆਪਾਰੀ ਸੇ, ਬਹੁਤ ਬੜੀਆ ਆਦਮੀ ਆਏਗਾ। ਉਹ ਫਿਸ਼ ਕਾ ਵੈਰੀ ਫੇਮਸ ਹੈ ਕੰਨਿਆਕੁਮਾਰੀ, ਫਿਸ਼ਰਮੈਨ ਕਾ ਉਹ ਬਹੁਤ ਬੜੀਆ ਹਾਰਬਰ ਹੈ, ਤਮਿਲਨਾਡੂ ਗਵਰਨਮੈਂਟ ਕਾ ਬਹੁਤ ਬੜੀਆ ਹਾਰਬਰ ਇਧਰ ਹੈ। ਸੁਬਹ 7 ਵਜੇ ਪਹਿਲੀ ਸ਼ਿਪ ਚਲਤੀ ਹੈ? ਹਾਂ 4 ਵਜੇ, 7 ਓ ਕਲਾਕ ਟੂ 4 ਵਜੇ, 4 ਵਜੇ ਤੱਕ, 4 ਵਜੇ ਲਾਸਟ। ਉਹ ਬੁਕਨ ਹੈ, 3 ਓ ਬੋਟ ਹੈ, ਬਹੁਤ ਬੜੀਆ ਬੋਟ, 2 ਹੈ ਇਹ ਟੂ, ਇਹ ਬੜੀਆ ਬੋਟ ਹੈ, 2 ਬੋਟ ਹੈ, ਏਸੀ ਬੋਟ ਹੈ, ਇਹ ਇਹ ਇੱਕ ਬੋਟ ਹੈ ਬੁਕਨ। ਇਹ ਟੂਰਿਸਟ ਹੈ? ਹਾਂ ਟੂਰਿਸਟ ਹੈ, ਉਹ ਕੁੰਭਗਾ ਸ਼ਿਪਿੰਗ ਕਾਰਪੋਰੇਸ਼ਨ ਕਾ। ਕਿੰਨਾ ਦੇਰ ਰੁਕੇਗਾ ਵਾਹ? ਹਾਂ ਓਨਲੀ 80 ਪੀਪਲ ਸਰ, ਓਨਲੀ 80 ਪੀਪਲ। ਹਾਂ ਵਾਹ, ਕਿੰਨੇ ਦੇਰ ਰੁਕ ਸਕਦੇ? ਇੱਕ ਘੰਟਾ 5 ਵਜੇ, 5 ਮਿੰਟ ਮੈਂ, ਉਹ ਆਨੇ ਕਾ ਜਾਣੇ ਕਾ ਟਾਈਮ, ਆਨੇ ਕਾ ਟਾਈਮ 5 ਮਿੰਟ ਮੈਂ, ਵਾਪਸ ਆਨੇ ਕਾ ਟਾਈਮ 5 ਮਿੰਟ ਹੈ। ਘੁੰਮਣੇ ਕਾ ਟਾਈਮ? ਹਾਂ ਵਾਹ, ਘੁੰਮਣੇ ਕਾ ਟਾਈਮ, ਘੁੰਮਣਾ ਆਪਕਾ ਟਾਈਮ ਹੈ, ਆਪਕਾ ਟਾਈਮ ਨਹੀਂ ਹੈ, ਉਹ 5 ਓ ਕਲਾਕ ਬੰਦ ਕੀਜੀਏ, ਬੰਦ ਕੀਜੀਏ ਟਾਈਮ ਹੈ, 5 ਓ ਕਲਾਕ ਵਹਾਂ ਸੇ ਲਾਸਟ ਆਏਗਾ। ਹਾਂ ਵਹਾਂ ਰਹਤਾ ਹੈ ਕੋਈ? ਹਾਂ ਵਹਾਂ ਰਹਤਾ ਹੈ ਕੋਈ, ਵਹਾਂ ਰਹੇਗਾ ਕੋਈ ਰਾਤ? ਹਾਂ। ਸੋ ਇਹ ਸ਼ਿਪ ਹੈ ਜੀ, ਇਹਦੇ ਜ਼ਰੀਏ ਜਿਹੜਾ ਇੱਥੋਂ ਇੱਕ ਪਾਸੇ ਤੋਂ ਦੂਸਰੇ ਪਾਸੇ ਜਿਹੜਾ ਉਹ ਲਿਜਾਇਆ ਜਾਏਗਾ। ਤਾਂ ਇੱਥੋਂ ਜਿਸ ਤਰ੍ਹਾਂ ਦੱਸ ਰਹੇ ਸੀਗੇ ਕਿ ਇੱਕ ਪਾਸੇ ਅਰਬ ਸਾਗਰ, ਦੂਸਰੇ ਪਾਸੇ ਜਿਹੜਾ ਇੰਡੀਅਨ ਓਸ਼ੀਅਨ ਹੈ, ਅਤੇ ਤੀਸਰੇ ਪਾਸੇ ਵੇ ਉਹ ਬੰਗਾਲ, ਜਿਹੜੇ 3 ਸਮੁੰਦਰ ਨੇ ਉਹ ਆਪਸ ਦੇ ਵਿੱਚ ਇੱਥੇ ਮਿਲਦੇ ਨੇ। ਪਾਣੀ ਦੀਆਂ ਛੱਲਾਂ ਤੁਸੀਂ ਇੱਥੇ ਵੇਖੋ ਕਿ ਕਿਸ ਕਦਰ ਜਿਹੜੀਆਂ ਉਹ ਪਾਣੀ ਦੀਆਂ, ਅਤੇ ਛੱਲਾਂ ਉਹ ਇੱਥੇ ਵੱਜ ਰਹੀਆਂ ਨੇ ਜਾ ਕੇ ਕਿਨਾਰਿਆਂ ਦੇ ਉੱਤੇ। ਤਾਂ ਫਿਲਹਾਲ ਇਹ ਬੜਾ ਘੁੰਮਣ ਵਾਲਾ ਅਤੇ ਬੜਾ ਅੱਛਾ
ਦੇਖਣ ਵਾਲਾ ਇਹ ਸਥਾਨ ਹੈ, ਰਮਣੀਕ ਬੜਾ ਸਥਾਨ ਹੈ ਅਤੇ ਬਹੁਤ ਸਾਰੇ ਲੋਕ ਇੱਥੇ ਦੇਖਣ ਨੂੰ ਆਉਂਦੇ ਨੇ ਅਤੇ ਨਵੰਬਰ ਦਸੰਬਰ ਜਨਵਰੀ ਇਹ ਇੱਥੇ ਆਉਣ ਦਾ ਸਭ ਤੋਂ ਬੈਸਟ ਜਿਹੜਾ ਉਹ ਸਮਾਂ ਇਹਨਾਂ ਵੱਲੋਂ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ। ਸੋ ਸਾਡੀ ਕਿਸ਼ਤੀ ਚੱਲ ਪਈ ਹੈ ਜੀ। ਸੋ ਇਸ ਤਰ੍ਹਾਂ ਕਿਸ਼ਤੀ ਦੇ ਵਿੱਚ ਬਿਠਾ ਕੇ ਤੁਹਾਨੂੰ ਲਿਜਾਇਆ ਜਾਂਦਾ, ਤੋ 5 ਮਿੰਟ ਦਾ ਰਾਹ ਹੈ, ਪਰ 5 ਮਿੰਟ ਦਾ ਰਾਹ ਦੇ ਵਿੱਚ ਤੁਹਾਨੂੰ ਇੱਥੇ ਇੱਕ ਤਾਂ ਕਿਸ਼ਤੀ ਦਾ ਵੀ ਐਕਸਪੀਰੀਅੰਸ ਤੁਸੀਂ ਕਰ ਲੈਂਦੇ ਹੋ, ਇਸ ਤੋਂ ਬਿਨਾਂ ਤੁਸੀਂ ਸਮੁੰਦਰ ਦੀਆਂ ਜਿਹੜੀਆਂ ਛੱਲਾਂ ਨੇ, ਲਹਿਰਾਂ ਨੇ, ਉਹਨਾਂ ਨੂੰ ਦੇਖ ਸਕਦੇ ਹੋ। ਯਾਨੀ ਕਿ ਆਪਣੇ ਆਪ ਦੇ ਵਿੱਚ ਇਹ ਬੜਾ ਰਮਣੀਕ ਅਤੇ ਬੜਾ ਸੋਹਣਾ ਅਤੇ ਦਿਲਕਸ਼ ਨਜ਼ਾਰਾ ਇਸ ਨੂੰ ਤੁਸੀਂ ਆਖ ਸਕਦੇ ਹੋ। ਸੋ ਇੱਥੋਂ ਜਿਹੜਾ ਤੁਹਾਨੂੰ ਮਾਤਾ ਪਾਰਵਤੀ ਜੀ ਦੇ ਅਤੇ ਦੂਸਰੇ ਪਾਸੇ ਜਿਹੜੇ ਸਵਾਮੀ ਵਿਵੇਕਾਨੰਦ ਦਾ ਬੁੱਤ ਹੈ ਉੱਥੇ ਜਿਹੜਾ ਉਹ ਲਿਜਾਇਆ ਜਾਂਦਾ ਹੈਗਾ। ਬਹੁਤ ਸਾਰੇ ਲੋਕ ਇਸ ਵੇਲੇ ਜਿਹੜੇ ਇੱਥੇ ਇੰਜੋਏ ਕਰਦੇ ਨੇ, ਆਹ ਤੁਸੀਂ ਵੇਖੋ। ਸੋ ਬਹੁਤ ਸਾਰੇ ਲੋਕਾਂ ਦੀ ਦਿਲੀ ਇੱਛਾ ਹੁੰਦੀ ਹੈ ਕਿ ਭਾਰਤ ਦਾ ਆਖਰੀ ਕੋਣਾ ਕਿੱਥੇ ਹੈ, ਕਿਉਂਕਿ ਅਕਸਰ ਨਿੱਕੇ ਹੁੰਦਿਆਂ ਮਨ ਦੇ ਵਿੱਚ, ਜ਼ਹਿਨ ਦੇ ਵਿੱਚ ਸਵਾਲ ਵੀ ਆਉਂਦੇ ਸੀ ਕਿ ਧਰਤੀ ਦਾ ਆਖਰੀ ਕੋਣਾ ਕਿੱਥੇ ਹੋਏਗਾ, ਭਾਰਤ ਦਾ ਆਖਰੀ ਕੋਣਾ ਕਿੱਥੇ ਹੋਏਗਾ। ਸੋ ਹੇਠਾਂ ਤਾਮਿਲਨਾਡੂ ਦੇ ਵਿੱਚ ਕੰਨਿਆ ਕੁਮਾਰੀ, ਅਕਸਰ ਤੁਸੀਂ ਸੁਣਿਆ ਹੋਏਗਾ ਕਿ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੇ ਪਾਸੇ ਸਿਆਸਤਦਾਨ ਵੀ ਇਹ ਲਫ਼ਜ਼ ਵਾਰ ਵਾਰ ਵਰਤਦੇ ਨੇ ਅਤੇ ਇਸ ਤੋਂ ਬਿਨਾਂ ਵੀ ਜਿਹੜੇ ਹੈ ਬਹੁਤ ਸਾਰੇ ਲੋਕ ਇਹ ਗੱਲ ਕਰਦੇ ਹੋਏ ਵਿਖਾਈ ਦਿੰਦੇ ਨੇ ਅਤੇ ਸਭ ਨੇ ਦੂਰ ਤੁਹਾਨੂੰ ਜਿਹੜੇ ਇਹ ਪੌਣ ਜਿਹੜੇ ਊਰਜਾ ਦੇ ਨਾਲ ਚੱਲਦੇ ਹੋਏ ਜਿਹੜੇ ਇੱਕ ਤਰ੍ਹਾਂ ਦੇ ਨਾਲ ਪੈਨਲ ਹੈ ਉਹ ਨਜ਼ਰ ਆਉਣਗੇ, ਜਿਨ੍ਹਾਂ ਦੇ ਨਾਲ ਬਿਜਲੀ ਜਿਹੜੀ ਉਹ ਪੈਦਾ ਹੋ ਰਹੀ ਹੈ। ਸੋ ਫਿਲਹਾਲ ਬੜਾ ਘੁੰਮਣ ਵਾਲਾ ਇਹ ਜਗ੍ਹਾ ਹੈ ਅਤੇ ਬਹੁਤ ਸਾਰੇ ਲੋਕ ਇੱਥੇ ਦੇਖਣ ਨੂੰ ਆਉਂਦੇ ਨੇ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਰ ਰੋਜ਼ ਕੰਨਿਆ ਕੁਮਾਰੀ ਨੂੰ ਦੇਖਣ ਵਾਸਤੇ ਆਉਂਦੇ ਨੇ ਅਤੇ ਆਪਣੇ ਆਪ ਦੇ ਵਿੱਚ ਇਹ ਇੱਥੇ ਆਉਣਾ ਅਤੇ ਇੱਥੇ ਕਿਉਂਕਿ 3 ਜਿਹੜੇ ਸਮੁੰਦਰ ਨੇ ਇੱਥੇ ਮਿਕਸਅਪ ਹੁੰਦੇ ਨੇ, ਇੱਥੇ 3 ਸਮੁੰਦਰ ਇਕੱਠੇ ਹੁੰਦੇ ਨੇ ਅਤੇ 3 ਸਮੁੰਦਰਾਂ ਨੂੰ ਇਕੱਠਿਆਂ ਦੇਖਣਾ ਆਪਣੇ ਆਪ ਦੇ ਵਿੱਚ ਬੜਾ ਅੱਛਾ ਅਤੇ ਬੜਾ ਸੋਹਣਾ ਅਤੇ ਬੜਾ ਚੰਗਾ ਲੱਗਣ ਵਾਲਾ ਅਹਿਸਾਸ ਜਿਹੜਾ ਉਹ ਹੋਏਗਾ। ਸੋ ਉਮੀਦ ਕਰਦੇ ਹਾਂ ਅਸੀਂ ਇੱਥੇ ਪਹੁੰਚਣ ਵਾਲੇ ਹਾਂ, ਉੱਥੇ ਪਹੁੰਚ ਕੇ ਸਾਨੂੰ ਕਿਹੋ ਜਿਹਾ ਅਹਿਸਾਸ ਹੁੰਦਾ ਉੱਥੇ ਜਾ ਕੇ ਤੁਹਾਨੂੰ ਦਿਖਾਉਣੇ। ਵਿੱਚ ਬਹੁਤ ਸਾਰੇ ਸ਼ਰਧਾਲੂ ਜਿਹੜਾ ਉਹ ਨਤਮਸਤਕ ਹੋਣ ਦੇ ਲਈ ਜਾਂਦੇ ਨੇ, ਲੰਮੀਆਂ ਜਿਹੜੀਆਂ ਕਤਾਰਾਂ ਨੇ ਉੱਥੇ ਲੱਗੀਆਂ ਹੋਈਆਂ ਨੇ। ਬਹੁਤ ਸਾਰੇ ਲੋਕ ਇੱਥੇ ਘੁੰਮਣ ਫਿਰਨ ਲਈ ਆਉਂਦੇ ਨੇ, ਬਹੁਤ ਸਾਰੇ ਲੋਕ ਇੱਥੇ ਦੇਖਣ ਵਾਸਤੇ ਆਉਂਦੇ ਨੇ ਕਿ ਭਾਰਤ ਦੀ ਧਰਤੀ ਕਿੱਥੇ ਸਮਾਪਤ ਹੋ ਰਹੀ ਹੈ, ਕੰਨਿਆ ਕੁਮਾਰੀ ਕਿੱਥੇ ਕੁ ਜਾ ਕੇ ਜਿਹੜਾ ਉਹ ਸਮਾਪਤ ਹੁੰਦਾ। ਵਿਵੇਕਾਨੰਦ ਰੋਕ ਮੈਮੋਰੀਅਲ ਉਹ ਵੀ ਇੱਥੇ ਮੌਜੂਦ ਹੈ। ਸੋ ਫਿਲਹਾਲ ਤੁਸੀਂ ਇੱਥੇ ਦੇਖੋਗੇ ਅਤੇ ਇੱਕ ਤਾਂ ਮੰਦਰ ਹੈ, ਮੰਦਰ ਦੇ ਵਿੱਚ ਵੀ ਬਹੁਤ ਸਾਰੇ ਲੋਕ, ਬਹੁਤ ਸਾਰੇ ਸ਼ਰਧਾਲੂ ਇੱਥੇ ਜਾਂਦੇ ਨੇ। ਇਸ ਤੋਂ ਬਿਨਾਂ ਜਿਹੜੀ ਕੰਸਟਰਕਸ਼ਨ ਹੈ ਉਹ ਵੀ ਇੱਥੇ ਚੱਲ ਰਹੀ ਹੈ ਨਾਲੋਂ ਮਾਰੋ ਮਾਰ, ਕਿਉਂਕਿ ਦਿਨ ਪ੍ਰਤੀ ਦਿਨ ਬਹੁਤ ਸਾਰੇ ਲੋਕ, ਬਹੁਤ ਸਾਰੇ ਟੂਰਿਸਟ ਇੱਥੇ ਘੁੰਮਣ ਫਿਰਨ ਲਈ ਆਉਂਦੇ ਨੇ ਅਤੇ ਇੱਕ ਟੂਰਿਸਟ ਪਲੇਸ ਵੀ ਹੈ ਅਤੇ ਨਾਲ ਇੱਕ ਸ਼ਰਧਾ ਵਾਲੀ ਸਪੇਸ ਵੀ ਜਿਹੜੀ ਉਹ ਇੱਥੇ ਬਣੀ ਹੋਈ ਹੈ। ਸੋ ਇੱਦਾਂ ਸ਼ਿਪ ਦੇ ਜ਼ਰੀਏ ਤੁਹਾਨੂੰ ਇੱਥੇ ਲੈ ਕੇ ਆਇਆ ਜਾਂਦਾ ਜੀ ਅਤੇ ਇੱਥੋਂ ਬਾਅਦ ਜਿਹੜਾ ਵਿਵੇਕਾਨੰਦ ਰੋਕ ਮੈਮੋਰੀਅਲ ਹੈਗਾ ਇੱਥੇ ਤੁਸੀਂ ਜਾ ਸਕਦੇ ਹੋ, ਇਸ ਤੋਂ ਬਿਨਾਂ ਤੁਸੀਂ ਮੰਦਰ ਦੇ ਵਿੱਚ ਜਾ ਸਕਦੇ ਹੋ ਅਤੇ ਇਹ ਭਾਰਤ ਉਹ ਕੋਣਾ ਹੈਗਾ ਜਿੱਥੇ ਤੁਸੀਂ ਇਹ ਦੇਖ ਸਕਦੇ ਹੋ। ਸਭ ਤੋਂ ਵੱਧ ਖਾਸੀਅਤ ਇਹ ਹੈ ਕਿ ਇੱਥੇ ਬਹੁਤ ਸਾਰੇ ਟੂਰਿਸਟ ਘੁੰਮਣ ਫਿਰਨ ਆਉਂਦੇ ਨੇ ਅਤੇ 3 ਜਿਹੜੇ ਉਹ ਸਮੁੰਦਰ ਇੱਥੇ ਮਿਲਦੇ ਨੇ, ਤਾਂ ਇੱਥੇ ਟਿਕਟ ਹੈਗੀ ਹੈ ਜਿਹੜੀ ਉਹ 30 ਰੁਪਏ ਹੈ, ਤੁਸੀਂ ਇੱਥੇ ਟਿਕਟ ਕਟਾ ਕੇ ਵੀ ਜਿਹੜਾ ਉਹ ਮੈਮੋਰੀਅਲ ਵੇਖਣ ਵਾਸਤੇ ਜਾ ਸਕਦੇ ਹੋ। ਸੋ ਇਹ ਹੈ ਜੀ ਮਾਤਾ ਪਾਰਵਤੀ ਜੀ ਦਾ ਮੰਦਰ ਇੱਥੇ ਜਦੋਂ ਤੁਸੀਂ ਆਉਂਦੇ ਹੋ। ਜੇ ਇਹ ਕਹਿ ਰਹੇ ਨੇ ਕਿ ਜਿਨ੍ਹਾਂ ਦੀ ਮੈਰਿਜ ਨਹੀਂ ਹੁੰਦੀ ਉਹ ਇੱਥੇ ਬਹੁਤ ਸਾਰੇ ਲੋਕ ਮੰਨਤ ਮੰਗਣ ਦੇ ਲਈ ਆਉਂਦੇ ਨੇ। ਆ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੇ ਲੋਕ ਜਿਹੜਾ ਉਹ ਨਤਮਸਤਕ ਹੋਣ ਦੇ ਲਈ ਆਉਂਦੇ ਨੇ। ਸੋ ਇਹ ਸਮੁੰਦਰ ਦੀ ਹਿਸਟਰੀ ਹੈ ਜੀ। ਸੋ ਇੱਥੇ ਲਿਖਿਆ ਹੋਇਆ ਜੀ ਕਿ ਦੇਵੀ ਕੰਨਿਆ ਕੁਮਾਰੀ ਨੇ ਇੱਥੇ ਤਪੱਸਿਆ ਕੀਤੀ ਸੀ ਜੀ ਅਤੇ ਇਸ ਕਰਕੇ ਉਹਨਾਂ ਦੇ ਪਵਿੱਤਰ ਪੈਰਾਂ ਦੇ ਨਿਸ਼ਾਨ ਇੱਥੇ ਦੇਖੇ ਜਾ ਸਕਦੇ ਨੇ। ਅਤੇ ਇਸ ਜਗ੍ਹਾ ਨੂੰ ਜਿਹੜਾ ਉਹ ਜਿਹੜਾ ਆਰਕੋਲੋਜੀ ਡਿਪਾਰਟਮੈਂਟ ਹੈ ਉਹਨਾਂ ਵੱਲੋਂ ਜਿਹੜਾ ਉਹ ਆਪਣੇ ਅਧੀਨ ਜਿਹੜਾ ਉਹ ਕੀਤਾ ਹੋਇਆ। ਸੋ ਇਸ ਜਗ੍ਹਾ ਦੇ ਉੱਤੇ ਮਾਤਾ ਪਾਰਵਤੀ ਜੀ ਦੇ ਜਿਹੜੇ ਚਰਨ ਛੋਹ ਪ੍ਰਾਪਤ ਇਹ ਸਥਾਨ ਹੈ ਜੀ। ਇੱਥੇ ਉਹਨਾਂ ਦੇ ਜਿਹੜੇ ਪਵਿੱਤਰ ਚਰਨ ਸੀਗੇ ਉਹ ਪਏ ਸੀ, ਤਾਂ ਇੱਥੇ ਜਿਹੜੇ
ਸ਼ਰਧਾਲੂ ਨੇ ਉਹ ਨਤਮਸਤਕ ਹੋਣ ਦੇ ਲਈ ਆਉਂਦੇ ਨੇ। ਸਿੰਗਲ ਸਟੋਨ ਪੱਥਰ ਹੈ। ਅੱਛਾ ਪੱਥਰ ਹੈ, ਨੋ ਜਾਇੰਟ, ਸਿੰਗਲ ਸਟੋਨ ਪੱਥਰ ਹੈ। ਉਧਰ ਦੇਖਨੇ ਕਾ ਨਾਰੀਅਲ ਹੈ, ਪੱਥਰ ਹੈ, ਪੱਥਰ ਮੇਂ ਪਾਲਿਸ਼ ਕਰਕੇ ਉੱਪਰ ਹੈ ਪਾਲਿਸ਼ ਹੈ। ਅੱਛਾ ਪੂਰਾ ਪੱਥਰ, ਪੱਥਰ ਹੈ, ਮਾਰਬਲ ਨਹੀਂ ਹੈ। ਉਹ ਦੇਖਨੇ ਕਾ ਇਹ ਵੀ ਪੱਥਰ ਹੈ, ਪੱਥਰ ਜਾਇੰਟ ਹੈ, ਸਿੰਗਲ ਸਟੋਨ ਹੈ, ਸਿੰਗਲ ਸਟੋਨ ਹੈ, ਸਿੰਗਲ ਸਟੋਨ ਇਹ ਪੱਥਰ ਮੇਂ ਪਾਲਿਸ਼ ਕਰਕੇ ਇਹ ਟਾਈਪ ਲਾਏਗਾ। ਅੱਛਾ ਸੋ ਭਾਈ ਸਾਹਿਬ ਕਹਿ ਰਹੇ ਨੇ ਜੀ ਇਹ ਪਾਲਿਸ਼ ਨਹੀਂ ਕੀਤੀ ਹੋਈ, ਇਹ ਪੱਥਰ ਹੈ ਜੀ, ਇਹ ਕਾਲੇ ਰੰਗ ਦੇ ਪੱਥਰ ਸੀਗਾ, ਇਹ ਕਾਲੇ ਕਲਰ ਦੇ ਪੱਥਰ ਸਟੋਨ ਹੈ, ਸਿੰਗਲ ਸਟੋਨ ਹੈ, ਸਿੰਗਲ ਸਟੋਨ ਇਹ ਕੀ ਪੱਥਰ ਹੈ, ਉਹ ਨਾਰੀਅਲ ਹੈ, ਸਭ ਕੋ ਇੱਕ ਹੀ ਹੈ, ਇੱਕ ਹੀ ਸਟੋਨ ਹੈ, ਨਾਰੀਅਲ ਦੇਖਨੇ ਕਾ ਸਰ, ਹਾਂ ਸਭ ਕੋ ਪੂਰਾ ਇੱਕ ਹੀ ਸਟੋਨ ਮੇਂ ਪੱਥਰ ਹੈ। ਓਕੇ ਸੋ ਇਹ ਸਿਰ ਪੇਂਟ ਕੀ ਹੈ ਇਹ ਔਰ ਇੱਕ ਸਿੰਗਲ ਪੱਥਰ ਹੈ, ਉਹ ਲਈ ਇਹ ਵਰਕ ਕਰਕੇ ਪੂਰਾ ਕਿ ਵੇਗਨ ਦਾ ਕੇਂਦਰ ਆਸ਼ਰਮ ਮੇਂ ਇਹ ਕੰਟਰੋਲ ਕਰਕੇ ਪੂਰਾ ਲਾਈਫ ਟਾਈਮ ਵਰਕਰ ਮੈਂ, ਕਿ ਵੇਗਾਂਦਾ ਆਸ਼ਰਮ ਕਾ ਲਾਈਫ ਟਾਈਮ ਵਰਕਰ ਹੈ। ਔਰ ਉਹ ਬਤਾ ਰਹੇ ਥੇ ਆਪ ਨਕਸ਼ੇ ਕਾ ਉਸਕਾ ਬਤਾਨਾ, ਉਹ ਮੈਪ ਬਤਾ ਰਹੇ ਥੇ, ਮੈਪ ਕਾ, ਮੈਪ ਕਾ, ਉਹ ਮੈਪ ਹੈ ਨਾ, ਕੈਸੇ ਹੈ ਵੋ ਮੈਪ, ਤਾਂ ਇੱਥੇ ਇੱਕ ਮੈਪ ਹੈ ਜੀ, ਇਹਦਾ ਵੀ ਆਪਣੇ ਆਪ ਦੇ ਵਿੱਚ ਮਹੱਤਵ ਹੈ। ਇਹ ਮੈਪ ਸਾਊਥ ਐਂਡ ਨਾਰਥ, ਉਹ ਇੰਡੀਆ ਡਾਇਰੈਕਸ਼ਨ ਥੋੜਾ ਵੀ ਟਾਈਪ ਵਾਲਾ ਲਾਸਟ ਐਂਡ ਹੈ ਨਾ, ਉਹ ਥੋੜਾ ਸਾਈਡ ਮੇਂ ਡਿਫਰੈਂਟ ਮੇਂ ਆਏਗਾ, ਕ੍ਰਾਸ ਮੇਂ, ਦੋੜਾ ਕ੍ਰਾਸ ਮੇਂ ਆਏਗਾ। ਸੋ ਨੌਰਥ ਸਾਈਡ ਇਸ ਸਾਈਡ ਹੈ ਸਿੱਧਾ, ਸੋ ਪੰਜਾਬ ਜਿਸ ਜਗ੍ਹਾ ਅਸੀਂ ਖੜ੍ਹੇ ਹਾਂ ਜੀ, ਸੋ ਇਸ ਜਗ੍ਹਾ ਤੋਂ ਤੁਸੀਂ ਸਿੱਧਾ ਜਿਹੜੇ ਪੰਜਾਬ ਹੈ ਚੰਡੀਗੜ੍ਹ ਸਾਰਾ ਇਸ ਪਾਸੇ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਜੰਮੂ ਕਸ਼ਮੀਰ ਤੱਕ, ਇਹ ਨਾਰਥ ਸਾਈਡ ਇਹ ਜਿਹੜਾ ਹੈ, ਤਾਂ ਜਿਹੜਾ ਮਾਤਾ ਜੀ ਦੇ ਪਵਿੱਤਰ ਚਰਨ ਨੇ ਉਹ ਵੀ ਇਸ ਵਾਲੇ ਡਾਇਰੈਕਸ਼ਨ ਦੇ ਵਿੱਚ ਹੈ ਨੇ। ਐਲੀਫੈਂਟ ਹੈ ਨਾ, ਹਾਂਜੀ, ਉਹ ਐਲੀਫੈਂਟ ਮੈਂ ਤ੍ਰਿਵਾਂਗੂਰ ਸਮਸਥਾਨ ਹੈ, ਉਹ ਪੁਰਾਣਾ ਇੰਡੀ ਕੰਨਿਆਕੁਮਾਰੀ ਐਂਡ ਕੇਰਲਾ ਇਹ ਕਿ ਸਟੇਟ ਮੇਂ ਆਏਗਾ, ਫਿਰ ਤਮਿਲਨਾਡੂ ਮੇਂ ਜੁਆਇਨ ਕਰਕੇ, ਉਹ ਨਾਮ ਮੇਂ ਇਹ ਐਲੀਫੈਂਟ ਹੈ, ਕੇਰਲਾ ਸਿੰਬਲ, ਤਮਿਲਨਾਡੂ ਪਹਿਲਾਂ ਕੇਰਲਾ 'ਚ ਸੀਗਾ, ਪਹਿਲੇ 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 ਤਾਂ ਕੰਨਿਆਕੁਮਾਰੀ ਕੇਰਲਾ ਮੇਂ, ਕੰਨਿਆਕੁਮਾਰੀ ਕੇਰਲਾ 'ਚ, ਕਹਾਂ ਵੇ ਬੰਗਾਲ ਹੈ, ਕੌਣ ਸਾ ਇਹ ਵੇ ਬੰਗਾਲ, ਓਕੇ ਤਾਂ ਠੀਕ ਹੈ, ਬਤਾਨਾ ਜੀ ਵੇ ਬੰਗਾਲ ਹੈ, ਹਾਂ ਇਹ ਇੰਡੀਅਨ ਓਸ਼ਨ ਹੈ, ਇੰਡੀਅਨ ਓਸ਼ਨ ਹੈ, ਉਹ ਉਧਰ ਮੈਂ ਆਨੇਗਾ ਅਰੇਬੀਅਨ ਸੀ ਹੈ, ਓਕੇ ਕਾਫੀ ਮੰਡਪ ਹੈ ਨਾ, ਹਾਂ ਮੰਡਪ ਦਾ ਸਾਹਮਣੇ ਤ੍ਰਿਵੇਣੀ ਸੰਗਮ ਹੈ, ਓਕੇ ਸੋ ਇਸ ਪਾਸੇ ਜੀ ਇਸ ਪਾਸੇ ਇਸ ਤਰ੍ਹਾਂ ਸੋ ਇਸ ਪਾਸੇ ਸਟੈਚੂ ਹੈ ਨਾ, ਤ੍ਰਿਵਲੋ ਸਟੈਚੂ ਦਾ ਨੀਚੇ ਇੰਡੀਅਨ ਓਸ਼ਨ ਹੈ, ਤਾਂ ਇਸ ਪਾਸੇ ਜੀ ਜਿਹੜਾ ਹਿੰਦ ਮਹਾਸਾਗਰ ਹੈ ਜੀ, ਹਿੰਦ ਮਹਾਸਾਗਰ, ਹਾਂ ਇਸ ਤਰਫ ਜਿਹੜਾ ਹਿੰਦ ਮਹਾਸਾਗਰ ਹੈ, ਤੇ ਉਸ ਤੋਂ ਬਾਅਦ ਜਿੱਥੇ ਉਹ ਸਾਹਮਣੇ ਤੁਹਾਨੂੰ ਸ਼ਿਪ ਨਜ਼ਰ ਆ ਰਹੀ ਹੋਏਗੀ, ਤਾਂ ਸ਼ਿਪ ਤੋਂ ਬਾਅਦ ਜਿਹੜਾ ਉਹ ਪਾਣੀ ਹੈ ਉਹ ਜਿਹੜਾ ਉਹ ਗਹਿਰਾ ਨੀਲਾ ਪਾਣੀ ਹੈ, ਤੋ ਉੱਥੇ ਅਰਬ ਸਾਗਰ ਹੈ, ਤਾਂ ਇਸ ਪਾਸੇ ਜਿਹੜਾ ਉਹ ਪਾਣੀ ਹੈ ਉਹ ਬੇ ਆਫ ਬੰਗਾਲ ਯਾਨੀ ਬੰਗਾਲ ਦੀ ਖਾੜੀ ਹੈ, ਜਿਹੜਾ ਉਹ ਸਮੁੰਦਰ ਹੈ ਉਹ ਮਿਲਦਾ, ਯਾਨੀ ਕਿ ਬੇ ਆਫ ਬੰਗਾਲ ਜਿਸ ਪਾਸੇ ਉਸ ਵੇਲੇ ਤੁਸੀਂ ਦੇਖ ਰਹੇ ਹੋ, ਇਹ ਬੇ ਆਫ ਬੰਗਾਲ ਯਾਨੀ ਕਿ ਬੰਗਾਲ ਦੀ ਖਾੜੀ ਜਿਸ ਪਾਸੇ ਅੰਡੇਮਾਨ ਨਿਕੋਬਾਰ ਹੈ, ਅਤੇ ਦੂਸਰੇ ਪਾਸੇ ਇਸ ਪਾਸੇ ਜਿੱਥੇ ਇਹ ਸਟੈਚੂ ਲੱਗਿਆ ਹੋਇਆ ਇਹ ਹਿੰਦ ਮਹਾਸਾਗਰ ਹੈ, ਅਤੇ ਇਸ ਤੋਂ ਬਾਅਦ ਗਹਿਰਾ ਨੀਲਾ ਪਾਣੀ ਹੈ ਜਿਹੜਾ ਉਹ ਉਸ ਨੂੰ ਤੁਸੀਂ ਇਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਬੇ ਆਫ ਬੰਗਾਲ ਹੈ ਯਾਨੀ ਬੰਗਾਲ ਦੀ ਖਾੜੀ ਹੈ। ਸੋ ਇੱਥੇ ਇੱਕ ਬੜੀ ਇੰਟਰਸਟਿੰਗ ਜਿਹੜੀ ਚੀਜ਼ ਉਹ ਦੇਖਣ ਨੂੰ ਮਿਲਦੀ ਹੈ, ਇਹ ਇੱਥੇ ਜਿਹੜੇ ਜਦੋਂ ਆਪਾਂ ਦੇਖਦੇ ਹਾਂ ਕਿ ਸੂਰਜ ਚੜ੍ਹਦਾ ਤਾਂ ਉਹ ਕਿਹੜੇ ਮਹੀਨੇ ਦੇ ਵਿੱਚ ਕਿਹੜੀ ਦਿਸ਼ਾ ਤੋਂ ਚੜ੍ਹਦਾ, ਯਾਨੀ ਕਿ ਇਹਦੇ ਵਿੱਚ ਦੱਸਿਆ ਹੋਇਆ ਕਿ 10 ਜੁਲਾਈ ਨੂੰ ਇੱਥੇ ਹੋਏਗਾ, 1 ਜੁਲਾਈ ਤੋਂ ਇਸ ਡਾਇਰੈਕਸ਼ਨ 'ਤੇ ਹੋਏਗਾ, ਅਤੇ 20 ਜੁਲਾਈ ਨੂੰ ਜਿਹੜਾ ਸੂਰਜ ਯਾਨੀ ਸਨਰਾਈਜ਼ ਜਿਹੜਾ ਸੂਰਜ ਚੜ੍ਹਨਾ ਉਹ ਇਸ ਪਾਸੇ ਚੜ੍ਹਨਾ, ਅਤੇ ਜਨਵਰੀ ਦੇ ਵਿੱਚ ਜਾ ਕੇ ਜਿਹੜਾ ਉਹ ਅਖੀਰ ਦੇ ਵਿੱਚ ਇੱਥੋਂ ਜਿਹੜਾ ਉਹ ਸੂਰਜ ਉਦੇ ਜਿਹਨੂੰ ਆਪਾਂ ਕਹਿੰਦੇ ਸੂਰਜ ਚੜ੍ਹਦਾ ਉਹ ਇੱਥੋਂ ਚੜ੍ਹਨਾ ਜਿਹੜਾ ਉਹ ਸਟਾਰਟ ਹੋਏਗਾ, ਯਾਨੀ ਕਿ ਇੱਕ ਬੜਾ ਸਾਇੰਟਿਫਿਕ ਜਿਹੜੀਆਂ ਚੀਜ਼ਾਂ ਨੇ ਉਹ ਵੀ ਇੱਥੇ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਨੇ। ਸਵਾਮੀ ਵਿਵੇਕਾਨੰਦ ਜੀ ਦਾ ਜਿਹੜਾ ਇੱਥੇ ਸਟੈਚੂ ਹੈ ਉਹ ਅੰਦਰ ਲੱਗਿਆ ਹੋਇਆ, ਅਤੇ ਸਾਊਥ ਇੰਡੀਆ ਜਿਹੜਾ ਉਹ ਅਤੇ ਨੌਰਥ ਦਾ ਜਿਹੜਾ ਮੰਦਰ ਹੈ ਉਹਦਾ ਡਿਜ਼ਾਇਨ ਜਿਹੜਾ ਉਹ ਇੱਥੇ ਕੀਤਾ ਹੋਇਆ ਹੈਗਾ। ਉਹ ਉੱਤਰਾਯਣ ਦਕਸ਼ਾਯਨ ਸਨਰਾਈਜ਼ ਕੈਲੰਡਰ ਹੈ, ਸਨਰਾਈਜ਼ ਐਂਡ ਸਨਸੈਟ ਕੈਲੰਡਰ ਹੈ, ਉਹ ਵੈਸਟ ਸਾਈਡ ਈਸਟ ਸਾਈਡ ਦੋਨੋ ਸਾਈਡ ਮੇਂ ਸਨਰਾਈਜ਼ ਕੈਲੰਡਰ ਹੈ, ਉਹ ਕਿਤਨੇ ਮੰਦ ਮੇਂ ਕੈਸਾ ਸਾਈਡ ਆਏਗਾ ਨਾ, ਉਹ ਉਤੇਜ਼ ਕੈਲੰਡਰ ਸਨਰਾਈਜ਼ ਉਤੇਜ਼ ਉਤਰਾਯਣ ਦਕਸ਼ਾਯਨ ਕਾ ਉਤੇਜ਼ ਕਾ ਕੈਲੰਡਰ ਹੈ, ਜੋ ਅੰਦਰ ਵਿਵੇਕਾਨੰਦ ਜੀ ਦਾ ਸਟੋਨ ਥਾ ਬ੍ਰਾਸ ਮੇਂ ਬਨਾਤਾ ਹੈ। ਓਕੇ, ਬ੍ਰਾਸ ਸਵਾਮੀ ਜੀ ਕੀ ਕਿਤਨੇ ਹਾਈਟ ਸੇਮ ਬਾਡੀ ਫੀਟ ਮੇਂ ਬਨਾਤਾ ਹੈ ਸਰ, ਬ੍ਰਾਸ ਮੇਂ ਬਨਾਤਾ ਹੈ, ਉਹ ਦੋ ਪੀਸ ਬਨਾਤਾ ਹੈ, ਉਹ ਵਿਵੇਕਾਨੰਦ ਆਸ਼ਰਮ ਮੇਂ ਉਹ ਨਿਧਰ ਹੈ। ਪੂਰਾ ਪੱਥਰ ਹੈ ਸਰ, ਬਿਲਡਿੰਗ ਪੂਰਾ ਉਹ ਸਮੁੰਦਰ ਹੈ ਨਾ ਸਰ, ਪੂਰਾ ਮਟੀਰੀਅਲ ਬਣਾਤਾ ਹੈ ਉਹ ਗਿਰ ਗਿਆ, ਉਹ ਬ੍ਰਾਸ ਪੱਥਰ ਮੇਂ ਬਨਾਤਾ ਹੈ, ਉਹ ਮਟੀਰੀਅਲ ਸਵਾਮੀ ਜੀ ਕਾ ਸਟੈਚੂ ਹੈ ਬ੍ਰਾਸ ਮੇਂ, ਉਹ ਸਮੁੰਦਰ ਕਾ ਪਾਣੀ ਕਾ ਹਵਾ ਹੈ ਨਾ, ਹਵਾ ਕਾ ਡੈਮੇਜ ਨਹੀਂ ਹੈ, ਡੈਮੇਜ ਨਹੀਂ ਕੁਛ ਨਹੀਂ, ਉਹ ਬ੍ਰਾਸ ਨਾ ਬਹੁਤ ਅੱਛੀ ਮਟੀਰੀਅਲ ਹੈ, ਉਹ ਸਮੁੰਦਰ ਕਾ ਪਾਣੀ, ਉਹ ਸਾਲਟ ਵਾਟਰ ਹੈ ਨਾ ਸਰ,
वो डैमेज आया नहीं है कुछ, स्टील में पूरा डैमेज आएंगे, वो ब्रास में अच्छा नहीं कुछ नहीं है, पूरा स्टोन में बनाता है। ये कब बनाया था? 1970 एकनाथ राणे इनकी फाउंडर है, वीवी गिरी वो पढ़ेंगे, जनाधिपति पुराना जनाधिपति श्री वीवी गिरी। जब आप ये बनाया जा रहा था तो ये सब ध्यान में रखा गया था पहले? हाँ ध्यान है, वो स्वामी जी ध्यान करके तीन दिन इधर में ध्यान करके नया वो में मंडल मध्य स्वामी जी स्विमिंग करने का आने का बाद दिसंबर में उत्तेज डेट है, करेक्ट डेट मेरे पास मालूम नहीं है, उदय डे दिसंबर 26, 27, 28 तीन दिन तब सीखी जी वो न्याय में बनाते। सो कन्याकुमारी एक होर बहुत इंट्रस्टिंग जी चीज़ है वह इतने देखने को मिलती है, तो इतने जड़े तीन पासे तो समुद्र आके मिलता, एक पासे बे ऑफ बंगाल यानी कि बंगाल की खाड़ी, एक हिंद महासागर, तो तीसरा अरब सागर, यानी तीन इतने आके जो वो मिलते हैं। सो सामने जोड़ा वह स्टोन लगे हुआ, स्टोन तो परले पासे जोड़ा वह एक पत्थर जोड़ा वो नज़र आ रहा होगा, जोड़ा सामने ये जोड़ा पत्थर हैगा उस पत्थर के उत्ते छोटा जहा यह पत्थर है जिथे पानी दी आके छल्ला वज रही ने, उस जगह के उत्ते जोड़ा तीन जड़े वह समुद्र ने वह आके मिलते हैं, इनू त्रिवेणी जोड़ा वह कहा जाता है। तो ये जोड़ा इस पासे है, इस पासे तुसी देखो ये हैगा जी बे ऑफ बंगाल, बंगाल की खाड़ी आ, तो दूसरे पासे इस पासे तो आ रहा है जी इंडियन ओशन यानी कि इसनों तुसी कह दे हो हिंद महासागर, तो एक वो पिछे दूर तुसी जूम करके मैं तुहानू विखाउण दा कोशिश करदा। सो जो आप जूम करते हैं तो जिथे तुहानू ब्ल्यू पानी जोड़ा वो नज़र आ रहा होएगा ब्ल्यू पानी, सो उत्थे जोड़ा है वह यह जोड़ा है वह अरब सागर है, यानी कि तीन पासे तो जोड़ा वो पानी इतने आके मिलता त्रिवेणी, तो इस जगह के उत्ते एक तरह के नाल लोग इस पॉइंट नू वेखण दे लई आउंदे ने। सो ये इंडिया का आखिरी सर्वे स्टैचू हैगा जी, आप स्टडी स्टे करके है ना वो जी। सो क्या है जी ये? ये सर ये बताना एक बार, ये इंडिया का लास्ट सर्वे नंबर है। हाँ। सर्वे नंबर पॉइंट है वो समुद्र के पास, ये नंबर करके ये नंबर। अच्छा हाँ सो बिल्कुल ये जड़ा लास्ट सर्वे किया हो 681 नंबर है, यानी कि इन्हें रिकॉर्ड के इंडिया का सब तो लास्ट जोड़ा वो सर्वे वाला जोड़ा वो स्थान भी है, तो सामने जोड़े वो व्डे व्डे पत्थर भी जोड़े वो इतने पे हुए हैं। सो कन्याकुमारी जिथे माता पार्वती जी का मंदिर है तो उत्थे ही जड़ा स्वामी विवेकानंद जी का स्टैचू भी लग्या होया, तो उन्हां दी जिंदगी बारे हर चीज़ जी वह इत्थे लिखी हुई है, उन्होंने कदों सन्यास धारण किया सीगा, कदों कदों वह विदेशों च गए, उन्होंने उन्होंने की कुछ किया, तो सारी जिंदगी का निचोड़ जोड़ा वो इत्थे लिखा होया, खास खास पॉइंट जोड़े उन्होंने बारे लिखे हुए हैं, क्योंकि साउथ विच उन्होंने बहुत सारे लोग जोड़ा वो सत्कार देंगे ने, हालांकि वैसे तो पूरे भारत में ही उन्होंने सत्कार मिलता तो मिलना भी चाहिए, पर जिहड़े साउथ वाले लोग ने वो उन्होंने बहुत ज़्यादा जिहड़ा वो सन्मान जिहड़ा वो देंदे ने। तां इस पासे तुसी वेखो कि एक होर जिहड़ा वो पत्थर है वह इत्थे लग्या होया, तो उन्हां बारे जिहड़ी वो जानकारी इत्थे दित्ती हुई है। सो ये वो स्थान है जी जिथे स्वामी विवेकानंद जी ने जिहड़ा अपना तप वह किया सीगा, ते बहुत सारे लोग जिहड़े इत्थे ध्यान लगाउण दे लई अंदर जांदे ने, अंदर बैठ के जोड़ा वो ध्यान वह लगाते हैं, तो इस जगह के उत्ते स्वामी विवेकानंद जी ने जोड़ा वो ध्यान केंद्रित जोड़ा वो किया। सो इतें लिटरेचर भी मिल जाता स्वामी विवेकानंद जी का, तो होर जड़िया कई इंपोर्टेंट किताबा ने उन्होंने जिंदगी दियाँ उन्होंने बारे बहुत सारे लोगों ने जोड़े विचार लिखे ने वो भी तुम्हें इतने मिल जाएंगे। सो इतें यह देखने वास्ते बहुत सारे लोग इतने आते हैं, बहुत सारे लोग इतने आने तो बाद जड़िया अपन यादा वह तस्वीरों के रूप के भी जोड़ा वो सामभ के रखते हैं। सो इस तरह के नाल बहुत सारे लोगों दिया खास यादा जड़िया इस जगह के नाल जुड़ जाती। सो कन्याकुमारी विच माता पार्वती जी का मंदिर है वो भी तुहानू विखाया, स्वामी विवेकानंद जी ने तपस्या कित्थे कीती है, उन्होंने जिहड़ी मूर्ति है उत्थे लगी हुई है, तो उस तो बाद उस तो बिना कई जिहड़ियां साइंटिफिक चीज़ां ने चाहे वह सूरज चढ़न नू लैके होवे चाहे वह नक्शे नू लैके होण वो इत्थे देखन नू मिलदियां ने। सो भारत का वह कोणा जिथे एक पासे बे ऑफ बंगाल है, एक पासे इंडियन ओशन है, तो तीसरे पासे अरेबियन सी है, यानी कि अरब सागर, हिंद महासागर, तो बंगाल की खाड़ी के जिहड़े जिहड़े समुद्र ने वो आपस के मिलते हैं। सो बहुत सारे लोग यह देखने वास्ते इत्थे आउंदे ने। हुण मैनूं आनंदप्रीत सिंह नूं आ गया। सो धन्यवाद तुसीं साडे नाल जुड़े।